ਰੂਪ ਖਾਲਸਾ ਜੀ ਜੁਗੋ ਜੁਗ ਅਟਲ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਬਾਣੀ ਕੇ ਬਹੁਤ ਸਾ ਜਬ ਤਹ ਦੇ ਮਾਲਕ ਦਸ਼ਾਂ ਪਾਤਸ਼ਾਹਾਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਦੇ ਹੋਏ ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਤਾ ਵਾਹਿਗੁਰੂ ਸਰਵੰਸ ਦਾਨੀ ਦਾ ਬਖਸ਼ਾ ਹੈ ਜਿਕਰਾ ਕਰੋ ਬੁਲੰਦ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠਾਂ ਪੰਜ ਪੈਰਾਂ ਦੀ ਅਗਵਾਈ ਹੇਠਾਂ ਨਗਰ ਕੀਰਤਨਾ ਦੂਜੇ ਪੜਾਅ ਤੇ ਪਹੁੰਚਿਆ ਭੁੰਮਾਪੱਤੀ ਤੇ ਜੰਮੂ ਪੱਤੀ ਦਾ ਜੋ ਸਾਂਝਾ ਪੜਾਅ ਦਾ ਦਿਓ ਧਿਆਨ ਅਕਾਲ ਪੁਰਖ ਅੱਗੇ ਧਰਤੀ ਨੇ ਵਿਕਾਰ ਕੀਤੀ ਹੈ ਸੱਚੇ ਪਾਤਸ਼ਾਹ ਮਾਤ ਲੋਕ ਦੇ ਵਿੱਚ ਕੋਈ ਸੂਰਮਾ ਕੋਈ ਯੋਧਾ ਭੇਜ ਜੋ ਜਬਰ ਜ਼ੁਲਮ ਦੇ ਨਾਲ ਟੱਕਰ ਲਵੇ ਤੇ ਧਰਮ ਦੀ ਰੱਖਿਆ ਕਰੇ ਤਾਂ ਉਸ ਵਕਤ ਧਰਤੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਚਾਰ ਸਪਰੇ ਨਿਗਾਹ ਮਾਰੀ ਕਲਗੀਧਰ ਪਾਤਸ਼ਾਹ ਦੁਰਤ ਦਮ ਦੇ ਰੂਹ ਵਿੱਚ ਹੇਮਕੁੰਟ ਦੀ ਧਰਤੀ ਦੇ ਤਪੱਸਿਆ ਕਰ ਰਹੇ ਆ ਹੇਮਕੁੰਟ ਪਰਬਤ ਹੈ ਜਹਾਂ ਸਬਤ ਸ੍ਰਿਗ ਸੋਭਤ ਹੈ ਤਹਾਂ ਤਾਂ ਸਤਿਗੁਰ ਪਾਤਸ਼ਾਹ ਨੇ ਸੱਦਾ ਪੱਤਰ ਭੇਜਿਆ ਭਵਾਨ ਭੇਜਿਆ ਵੀ ਤੂੰ ਮਾਤ ਲੋਕ ਵਿੱਚ ਅਵਤਾਰ ਧਾਰ ਕੇ ਜਬਰ ਜ਼ੁਲਮ ਦੇ ਨਾਲ ਟੱਕਰ ਲੈਣੀ ਆ ਤੇ ਧਰਮ ਦੀ ਰੱਖਿਆ ਕਰਨੀ ਆ ਤਾਂ ਸਤਿਗੁਰ ਪਾਤਸ਼ਾਹ ਨੇ ਜਵਾਬ ਦਿੱਤਾ ਦੂਜੀ ਵਾਰ ਫਿਰ ਭਵਾਨ ਭੇਜਿਆ ਦੂਜੀ ਵਾਰ ਜਦੋਂ ਭਵਾਨ ਭੇਜਿਆ ਮਾਤ ਲੋਕ ਦੇ ਵਿੱਚ ਆਉਣ ਤੋਂ ਪਹਿਲਾਂ ਸਤਿਗੁਰ ਪਾਤਸ਼ਾਹ ਨੇ ਅਕਾਲ ਪੁਰਖ ਦੇ ਚਰਨਾਂ ਦੇ ਅਰਦਾਸ ਬੇਨਤੀ ਕੀਤੀ ਜੋ ਅਸੀਂ ਸ਼ਾਮ ਨੂੰ ਰਹਿ ਰਾਸਤੇ ਵਿੱਚ ਪੜ੍ਹਦੇ ਹਾਂ ਠੰਡ ਭਿਓ ਮੈਂ ਜੋਰ ਕਰ ਵਚਨ ਕਿਹਾ ਸਰ ਨਿਆਏ ਪੰਥ ਜਲੇ ਤਬ ਜਗਤ ਨੇ ਜਬ ਤੁਮ ਕਰੇ ਸਹਾਈ ਆਏ ਸੱਚੇ ਪਾਤਸ਼ਾਹ ਤੇਰਾ ਮੇਰੇ ਸੱਤੇ ਹੱਥ ਹੋਣਾ ਚਾਹੀਦਾ ਤਾਂ ਮੈਂ ਮਾਤ ਲੋਕ ਦੇ ਵਿੱਚ ਅਵਤਾਰ ਧਾਰ ਕੇ ਜਬਰ ਜ਼ੁਲਮ ਦੇ ਨਾਲ ਟੱਕਰ ਲੈ ਸਕਦਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਲੈ ਕੇ ਆ ਗਿਆ 1666 ਈਸਵੀ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀ ਦੀ ਕੁੱਖੋਂ ਪਿਤਾ ਗੁਰੂ ਤੇਗ ਬਹਾਦਰ ਦੇ ਘਰ ਅਵਤਾਰ ਧਾਰਿਆ ਚਾਰ ਸਵੇਰੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਦੇਵਤਾ ਨੇ ਫੁੱਲ ਵਰਸਾਏ ਪਰੀਆਂ ਨੇ ਛੋਲੇ ਗਾਏ ਤੇ ਗਰੀਬਾਂ ਨੂੰ ਦਾਨ ਵੰਡਾਇਆ ਜਾ ਰਿਹਾ ਸੱਚ ਦਾ ਪ੍ਰਕਾਸ਼ ਹੋਇਆ ਉਸ ਵੇਲੇ ਮਾਤਾ ਗੁਜਰੀ ਨੂੰ ਚੇਤਾ ਸੰਗ ਦਾ ਵਧਾਈਆਂ ਦੇ ਰਹੀਆਂ ਉਸ ਵੇਲੇ ਸੀਰ ਨੂੰ ਭਾਈ ਭੋਲਾ ਸਿੰਘ ਖਾਈ ਭਾਈ ਮਹਿੰਦਰ ਸਿੰਘ ਸਬਰੀ ਪਿੰਡ ਭਾਈ ਰੂਪਾ ਦਰਸ਼ਕ ਸਿੰਘ ਪਿੰਡ ਮੰਡੀ ਕਲਾ ਦਾਸਪੁਰ ਸਿੰਘ ਖਾਲਸਾ ਤੇ ਭਾਈ ਦਾ ਢਾਡੀ ਅਥਾ ਮਾਤਾ ਗੁਜਰੀ ਨੂੰ ਵਧਾਈਆਂ ਹੇ ਐਂ ਦਿੰਦਾ ਜੀ ਸ਼ਾਨ ਨਿਹਾਰੀ ਹੋ ਜੀ।
दर्शन करने नू ओटी ओटी दिखाऊंगा ताता जी हर बारी ओटी ओटी दिखाऊंगा ताता जी हर बारी ترجمة